ਬੋਲਦੇ ਹੋ ਐਸਾ ਤਾਂ ਪੇਪਰ ਸਾਡੇ ਨਾਲ ਬੋਲਦੇ ਆ ਅਲੋਟਮੈਂਟ ਸਾਡੇ ਨਾਲ ਆ ਕੋਈ ਟੈਨਸ਼ਨ ਨਹੀਂ ਇੱਦਾਂ ਕੋਈ ਕਰਦੀ ਆ ਦੇਖੋ ਮੇਰੇ ਕੋਲ ਕਣਕ ਖੜੀ ਆ ਇਹ 8 ਮਿੰਟ ਬਣਾਉਣੀ ਆ ਇਹਦੇ ਵਿੱਚ ਮੇਰੇ ਫਾਦਰ ਸਰਗੋ ਰਾਮ ਐਂਡ ਮੇਰੇ ਚਾਚੇ ਪ੍ਰਕਾਸ਼ ਰਾਮ ਦਾ ਨਾਂ ਟਿਕ ਮਾਰ ਕੀਤੀ ਪਈ ਹੈ ਇਸ ਬਕਾਇਦਾ ਵਿੱਚ ਇਹਨੇ ਲੋਕਾਂ ਕੋਲ ਕੀਤੇ ਸਾਨੂੰ ਪਹਿਲਾਂ ਵੀ ਪਤਾ ਹੈਗਾ ਇਹਦਾ ਕਿ ਬਦਮਾਸ਼ ਟਾਈਪ ਦਾ ਬੰਦਾ ਹੈ ਬੰਦਾ ਕ੍ਰਿਮੀਨਲ ਬੰਦਾ ਹੈ ਇਹਦੇ ਬੱਚੇ ਇਹਦੇ ਕੇਸ ਕਿਹਦੀ ਬੁਗਾੜੀ ਵੀ ਚੱਲਦੇ ਚੱਲ ਇੱਥੇ ਵੀ ਕੋਈ ਚੱਲਦੇ ਜੋ ਹੈਗਾ ਫੈਸਲਾ ਕੀਤਾ ਹੈ ਬੂਟਾ ਰਾਮ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਜੈਨ ਜ਼ਬਰਦਸਤੀ ਕਬਜ਼ਾ ਕੀਤਾ ਹੈ ਬੂਟਾ ਰਾਮ ਜੀ ਕਹਿੰਦੇ ਪਏ 15 ਸਾਲ ਤੋਂ ਰਹਿ ਰਹੇ ਹੋ ਕੋਈ 15 ਸਾਲ ਤੋਂ ਨਹੀਂ ਰਹਿੰਦੇ 40 साल हो गए पिंड चे बड़े नहीं उन्होंने कहना है क्यों नहीं बड़े होंगे यार गेड़ा मार जाते हैं गेड़ा मार जाते हैं ਉੱਥੇ ਜੀ ਬੂਟੇ ਦੇ ਪਸ਼ੂ ਪਸ਼ੂ ਵੰਡੇ ਆ ਸਿੱਟੇ ਆ ਉਹਦਾ ਤੇ ਕਾਲ ਦੇ ਹਾਂਜੀ ਹਾਂਜੀ ਫਿਰ ਰਾਜੀਨਾਮਾ ਹੋ ਗਿਆ ਕਹਿੰਦਾ ਮੈਂ ਰਾਤ ਨੂੰ ਚੱਕ ਲੂਗਾ ਰਾਤ ਤੱਕ ਚੱਕ ਲੂਗਾ ਹੁਣ ਸੱਚਿਆ ਨਹੀਂ ਮੁੜ ਤੇ ਸਰ ਜਿਹੜਾ ਇਹ ਕਹਿੰਦੇ ਪਏ ਨਜਾਇਜ਼ ਕਬਜ਼ਾ ਕੀਤਾ ਰਾਤ ਨੂੰ ਸਹੀ ਗੱਲ ਆ ਮੇਰੇ ਕੋਲ ਸਹੀ ਗੱਲ ਹੈ ਜੀ ਮੈਂ ਉੱਥੇ ਸੀਗਾ ਜੀ ਮੇਰਾ ਪਹਿਲਾਂ ਬੂਹਾ ਬੰਦ ਕੀਤਾ ਉਹ ਮੇਰੇ ਡੰਡੇ ਮਾਰੇ ਤਾਂ ਮੈਨੂੰ ਯਾਦ ਹੈ नमस्कार हर सच्ची खबर के नाल तुसी देख रहे हो तुहाडा अपना चैनल स्मार्ट इंडिया डायल पिंड चाचोवाल विच जमीन नूं लैके चल रहे विवाद ते दूजे पक्ष दा भी बयान आया सामने जिथे बूटा राम दा कहना है कि मैं इस जमीन ते कई सालां तों रह रहा हां ते इह जमीन मेरी है इस ते मेरा हक है उत्थे ही दूजे पक्ष वल्लों मीडिया नाल गल करदिआं होइआं कहा गया कि इह जमीन साडी है बूटा राम इस ते कुछ दिनां तों नजायज़ कब्जा करके बैठा है अते इस जमीन दे सारे कागजात भी साडे नाम हन इस संबंधी जानकारी दिंदिया केवल राम पुत्र सरबन राम अते प्रेम दास पुत्र प्रकाश राम दोवें वासी घोड़ा वाही जलंधर ने दस्या कि साढ़े चार चार महल्ले दे प्लाट पिंड चाचोवाल च हन इस दी देखभाल साबका सरपंच जोगिंदर सिंह करदे हन उन्हां पिंड दे वासी बूटा राम उपर दोष लगांदिया कहा कि ओह 20-25 व्यक्तियां नाल प्लांटां उपर कब्जा करन दी नीयत नाल उत्थे बीजियां सब्जियां अते फलां दे बूटे तोड़ दित्ते अते प्लांट च जबरदस्ती अपने डंगर बन्न दित्ते उन्हां कहा कि इस संबंधी थाणा सदर दरखास्त लिखा दिती गई है अते मांग कीती है कि उक्त व्यक्तियां खिलाफ बनदी कारवाई कीती जावे अते उन्हां नूं इंसाफ दिवाया जावे अगे साडी इह कोशिश रहेगी कि इस विषय नूं लैके पिंड दे सरपंच नाल गल कीती जावे ते इस मसले दा जो भी हल निकले ओह तुहानूं दिखाया जा सके जलंधर तों सुनील कुमार दी विशेष रिपोर्ट सर की नाम अपना मेरा जी केवल राम ते की मसला सर अपना मसला हटा जी केवल राम सानूं सरबराम मैं बासी घोड़ा वाली रहने वाला हाँ साढ़े दो मरले के पलाट से मेरे फादर के नाम एंड मेरे चाचे के नाम सरबन राम एंड प्रकाश राम के नाम सानू छज्जू राम के नाम दो असी गौरपुर कलोनिया के पलाट सू मिले हुए सी कि जगह से चाचोवाल पिंड चाचोवाल पिंड दो पलाट मिले हुए सी वो असी आते जाते रहने किसी वजह करके असी मकान नहीं बना सके हूँ असी भर 10-12 साल हो गए असी बगल किया गेट लाया सगा ਹੁਣ ਅਸੀਂ ਟੇਕ ਕੇਅਰ ਵਾਸਤੇ ਜੋਗਿੰਦਰ ਸਿੰਘ ਖਾਲਸਾ ਨੂੰ ਉਹ ਸੌਂਪੀ ਸੀ ਜ਼ਮੀਨ ਇਸ ਕਰਕੇ ਉਹਨੂੰ ਸੀਗਾ ਵੀ ਤੂੰ ਸਾਰੀ ਸੂਚ ਨਹੀਂ ਟੇਕ ਕੇਅਰ ਕਰ ਜਿੱਦਣ ਸਾਡਾ ਟਾਈਮ ਲੱਗਾ ਅਸੀਂ ਮਕਾਨ ਬਣਾਵਾਂਗੇ ਇੱਥੇ ਤੁਸੀਂ ਵੈਸੇ ਕਿਹੜੀ ਜਗ੍ਹਾ ਰਹਿੰਦੇ ਹੋ ਸੀਗੇ ਮੈਂ ਘੋੜਾ ਵਾਹੀ ਰਹਿੰਦਾ ਜੀ ਤੇ ਕਿਤੇ ਬਾਹਰ ਸੀਗੇ ਕਿ ਇੱਥੇ ਘੋੜਾ ਵਾਹੀ ਰਹਿ ਰਹੇ ਸੀ ਮੈਂ ਬਾਹਰ ਵੀ ਰਹਿੰਦਾ ਬਾਹਰ ਹੀ ਸੀਗਾ ਜੀ ਕਿਹੜੀ ਜਗ੍ਹਾ ਕਿਹੜੀ ਕੰਟਰੀ ਕੈਨੇਡਾ ਜੀ ਠੀਕ ਹੈ ਜੀ ਹਾਂਜੀ ਤੇ ਸਰ ਕਿੰਨਾ ਚਿਰ ਹੋ ਗਿਆ ਸੀ ਉਹਨਾਂ ਨੂੰ ਜਗ੍ਹਾ ਦਿੱਤੀ ਜਗ੍ਹਾ ਦਿੱਤੀ ਨਹੀਂ ਮੈਂ ਉਹਨੂੰ ਰਾਤ ਨੂੰ ਨਹੀਂ ਕਬਜ਼ਾ ਕੀਤਾ 11:30 ਵਜੇ ਰਾਤ ਨੂੰ 8 ਤਰੀਕ ਨੂੰ 8 ਮਈ ਨੂੰ ਉਹਨਾਂ ਦਾ ਕਹਿਣਾ ਕਿ 15 ਸਾਲ ਤੋਂ ਉੱਥੇ ਰਹਿ ਰਹੇ ਆ ਕੋਈ ਨਹੀਂ ਰਹਿ ਰਿਹਾ ਕੋਈ ਪਿੰਡ ਦੇ ਬੰਦੇ ਕਹਿ ਲੈਣਗੇ ਕੁਛ ਚੰਦ ਬੰਦੇ ਕਹਿ ਸਕਦੇ ਆ ਬਾਕੀ ਕੋਈ ਨਹੀਂ ਕਹਿ ਸਕਦਾ ਉੱਥੇ ਰਹਿ ਰਿਹਾ ਸਿਰਫ ਉਹਨੂੰ ਇੱਕ ਸਿਆਲ ਨੂੰ ਦਿੱਤਾ ਥੋੜ੍ਹਾ ਜਿਹਾ ਵਾਸਤੇ ਮਿਹਨਤਾਂ ਕਰਦਾ ਵੀ ਮੈਨੂੰ ਗਾਂ ਬੰਨ ਲੈਣ ਦਿਓ ਹੁਣ ਛਪਰਾ ਜਿਹਾ ਬਣਾਇਆ ਸੀ ਅਤੇ ਬਾਅਦ 'ਚ ਅਸੀਂ ਭਰਤੀ ਪਾਉਣੀ ਸੀ ਮੈਂ ਉੱਥੇ ਆਵੇ ਭਰਤੀ ਪਾਉਣੀ ਮਕਾਨ ਬਣਾਉਣੇ ਆ ਉਹ ਉੱਠ ਖੜਾ ਹੋਇਆ ਉੱਠਣ ਤੋਂ ਬਾਅਦ ਅਸੀਂ ਭਰਤੀ ਪਾ ਦਿੱਤੀ 2 ਮਹੀਨੇ ਹੋ ਗਏ ਭਰਤੀ ਪਾਈ ਨੂੰ ਅਸੀਂ ਕੰਧਾਂ ਉੱਚੀਆਂ ਕੀਤੀਆਂ ਰਾਤ ਨੂੰ 11:30 ਵਜੇ ਆ ਕੇ ਉਹਨੇ ਜ਼ਬਰਦਸਤੀ 20-25 ਬੰਦੇ ਲਿਆ ਕੇ ਕਬਜ਼ਾ ਕੀਤਾ ਠੀਕ ਹੈ ਅਤੇ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 40 ਸਾਲ ਤੋਂ ਤੁਸੀਂ ਉੱਥੇ ਆਏ ਵੀ ਨਹੀਂ ਕਦੀ ਮੈਂ ਆਉਂਦਾ ਜਾਂਦਾ ਰਿਹਾ ਕਹਿਣ ਨੂੰ ਕੁਛ ਵੀ ਕਹਿ ਸਕਦੇ ਆ ਮੈਂ ਉੱਥੇ ਆਉਂਦਾ ਜਾਂਦਾ ਰਿਹਾ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਸੀਗੇ ਉਹ ਵੀ ਇਹੀ ਕਹਿ ਰਹੇ ਸੀਗੇ ਕਿ ਜਦ 40 ਸਾਲਾਂ ਤੋਂ ਉਹਨਾਂ ਨੇ ਦੇਖ ਰੇਖ ਨਹੀਂ ਕੋਈ ਕੀਤੀ ਸਾਂਭ ਸੰਭਾਲ ਨਹੀਂ ਕੀਤੀ ਆਣ ਕੇ ਅੱਜ ਕਿੱਦਾਂ ਆਪਣਾ ਮਤਲਬ ਹੱਕ ਜਤਾ ਰਹੇ ਨੇ ਮੈਂ ਸਰ ਮੈਂ ਤਾਂ ਆਉਂਦਾ ਜਾਂਦਾ ਰਹਿੰਦਾ 40 ਸਾਲ ਤੋਂ ਮੈਂ 65 ਸਾਲ ਦੀ ਮੇਰੀ ਉਮਰ ਆ ਮੈਂ ਆਉਂਦਾ ਜਾਂਦਾ ਰਹਿੰਦਾ ਮੈਂ ਮੈਂ
ਜਦੋਂ ਵੀ ਕਹਉਣਾ ਮੈਂ ਆਪਣੇ ਪਲਾਟ ਚਾਹੁੰਦਾ ਮੈਂ ਕਿ ਟੇਕ ਕੇਅਰ ਕਰਨ ਵਾਸਤੇ ਜਗਿੰਦਰ ਸਿੰਘ ਖਾਲਸਾ ਨੂੰ ਸਭ ਸੰਭਾਲੀ ਹੋਈ ਸੀ ਤੇ ਸਰ ਆਪਣੇ ਨਾਲ ਕੋਈ ਉੱਥੇ ਦੇ ਪਿੰਡ ਦੇ ਲੋਕ ਹੈਗੇ ਆ ਕੋਈ ਹਾਂਜੀ ਬਿਲਕੁਲ ਬਹੁਤ ਲੋਕ ਹੈ ਜੀ ਹਾਂਜੀ ਹੁਣ ਤੁਹਾਡਾ ਮਸਲਾ ਕੀ ਨਿਬੜਿਆ ਮਸਲਾ ਸਾਡਾ ਇਹ ਆ ਅਸੀਂ 8 ਤਰੀਕ ਨੂੰ ਉਹਨੂੰ ਕਬਜ਼ਾ ਕੀਤਾ ਜਬਰਦਸਤੀ ਰਾਤ ਨੂੰ 11:30 ਵਜੇ ਤੇ ਜਗਿੰਦਰ ਸਿੰਘ ਖਾਲਸਾ ਨੂੰ ਮੇਰੇ ਪਲਾਟ ਦਾ ਗੁਆਂਢੀ ਰਹਿੰਦਾ ਉਹਨੇ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ 100 ਨੰਬਰ ਤੇ 100 ਨੰਬਰ ਵਾਲਿਆਂ ਨੂੰ ਫੇਰ ਤਾਂ ਜੋਸ਼ੇੜ ਥਾਣੇ ਰਾਣੇ ਰਾਤ ਨੂੰ 1 ਵਜੇ ਪੁਲਿਸ ਗਈ 1 ਵਜੇ ਪੁਲਿਸ ਜਾਣ ਨਾਲ ਸਵੇਰੇ ਮੈਨੂੰ ਤਲਾਹ ਕੀਤੀ ਗਈ ਵੀ ਕਬਜ਼ਾ ਕਰ ਲੈ ਤੁਹਾਡੀ ਜ਼ਮੀਨ ਤੇ ਅਸੀਂ ਆ ਕੇ ਥਾਣੇ ਦਰਖਾਸਤ ਦੇ ਦਿੱਤੀ ਤੇ ਸਰ ਉਹਨਾਂ ਦਾ ਕਹਿਣਾ ਦਰਖਾਸਤ ਤੁਹਾਡੇ ਨਾਮ ਤੋਂ ਨਹੀਂ ਆ ਕਿਸੇ ਥਰਡ ਪਰਸਨ ਦੇ ਨਾਮ ਤੋਂ ਦਰਖਾਸਤ ਦਿੱਤੀ ਗਈ ਉਸ ਜਿਸ ਬੰਦੇ ਨੂੰ ਗੁਆਂਢੀ ਨੇ ਕਿਹਾ ਸੀ ਬਈ ਇੱਥੇ ਕਬਜ਼ਾ ਬਸ ਟੇਕ ਕੇਅਰ ਕਰਨ ਵਾਸਤੇ ਜਗਿੰਦਰ ਸਿੰਘ ਖਾਲਸਾ ਨੂੰ ਜ਼ਮੀਨ ਸੰਭਾਲੀ ਹੋਈ ਸੀ ਪਲਾਟ ਸੰਭਾਲੇ ਹੋਏ ਸੀਗੇ ਤੇ ਜਿਹੜਾ ਬੰਦੇ ਗੁਆਂਢੀ ਸੀ ਉਹਨੇ ਕਿਹਾ ਜਗਿੰਦਰ ਸਿੰਘ ਖਾਲਸਾ ਨੂੰ ਫੋਨ ਕੀਤਾ ਵੀ ਇੱਥੇ 20-25 ਬੰਦੇ ਆ ਕੇ ਕਬਜ਼ਾ ਕੀਤਾ ਕੋਈ ਛੱਪਰ ਬਣਾ ਰਿਹਾ ਮਸ਼ੀਨ ਸੈੱਟ ਲਈ ਪੱਠਿਆਂ ਵਾਲੀ ਅੰਦਰ ਪਸ਼ੂ ਬੰਨ ਦਿੱਤੇ ਆ ਤੇ ਤੁਹਾਡਾ ਹੁਣ ਕਹਿਣਾ ਕਿ ਤੁਸੀਂ ਉਹਨਾਂ ਨੂੰ ਜ਼ਮੀਨ ਨਹੀਂ ਦਿੱਤੀ ਸੀ ਅਸੀਂ 15 ਸਾਲ ਤੋਂ ਨਹੀਂ ਰਹਿ ਰਹੇ ਉੱਥੇ ਨਹੀਂ ਨਹੀਂ ਕੋਈ ਨਹੀਂ ਰਹਿ ਰਿਹਾ ਸੀ ਜ਼ਬਰਦਸਤੀ ਰਾਤ ਨੂੰ ਕਬਜ਼ਾ ਕੀਤਾ ਸਾਡਾ ਰਾਜੀਨਾਮਾ ਥਾਣੇ ਵਿੱਚ ਹੋਇਆ ਸਰਪੰਚ ਦੇ ਸਹਿਣ ਆ ਬੂਟਾ ਰਾਮ ਦੇ ਸਹਿਣ ਆ ਤੇ ਬਾਕੀ ਅਸੀਂ ਦੁਬਾਰਾ ਫਿਰ ਦਰਖਾਸਤ ਦਿੱਤੀ ਆਪਣੇ ਵੱਲੋਂ ਇੱਕ ਥਾਣੇ ਵਿੱਚ ਤੇ ਕੀ ਕਿਹਾ ਫਿਰ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਜੀ ਤੁਸੀਂ ਕਬਜ਼ਾ ਲੈ ਲਓ ਜਾ ਕੇ ਹਾਂਜੀ ਅਸੀਂ ਕਬਜ਼ਾ ਦਵਾਵਾਂਗੇ ਤੁਸੀਂ ਕਬਜ਼ਾ ਲੈ ਲਓ ਜਾ ਕੇ ਅਜੇ ਤੱਕ ਤੁਹਾਨੂੰ ਕਬਜ਼ਾ ਨਹੀਂ ਦਿੱਤਾ ਬੂਟਾ ਰਾਮ ਨੇ ਬੂਟਾ ਰਾਮ ਨੇ ਖੁਦ ਕਿਹਾ ਸੀ ਆਪਣੀ ਜ਼ਬਾਨ ਤੋਂ ਵੀ ਮੈਂ ਸ਼ਾਮ ਨੂੰ ਡੰਗਰ ਆਪਣੇ ਖੋਲ ਲਵਾਂਗਾ ਤੇ ਸਰ ਇਸ ਨੂੰ ਲੈ ਕੋਈ ਕੋਰਟ ਕੇਸ ਵਗੈਰਾ ਵੀ ਕੀਤਾ ਤੁਸੀਂ ਕੋਰਟ ਕੇਸ ਅਜੇ ਤੱਕ ਕੋਈ ਨਹੀਂ ਕੀਤਾ ਉਹਨਾਂ ਵੱਲੋਂ ਲੇਕਿਨ ਵਕੀਲ ਕੀਤਾ ਗਿਆ ਤੇ ਵਕੀਲ ਨੇ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਕੋਈ ਧੱਕਾ ਨਹੀਂ ਹੋ ਰਿਹਾ ਸਾਡੇ ਨਾਲ ਜ਼ਮੀਨ ਬੋਲਦੀ ਆ ਫਰਜ਼ ਸਾਡੇ ਨਾਲ ਮੇਰੇ ਫਾਦਰ ਦੇ ਨਾਮ ਆ ਮੇਰੇ ਡੀਸੀ ਨੇ ਸਾਨੂੰ ਅਲਾਟਮੈਂਟ ਕੀਤੀ ਹੋਇਆ ਫਰਜ਼ ਮੈਨੂੰ ਕੇਵਲ ਰਾਮ ਨੂੰ ਐਂਡ ਪ੍ਰੇਮ ਦਾਸ ਨੂੰ ਤੇ ਸਰ ਉਹਨਾਂ ਦਾ ਕਹਿਣਾ ਕਿ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਤੁਹਾਡੇ ਨਾਮ ਤੇ ਕੈਨਸਲ ਹੋ ਚੁੱਕੀ ਆ ਸਰ ਜੀ ਆ ਦੇਖੋ ਮੇਰੇ ਕੋਲ ਫਰਜ਼ ਫੜੀ ਆ ਇਹ 8 ਦਿਨ ਪੁਰਾਣੀ ਆ ਇਹਦੇ ਵਿੱਚ ਮੇਰੇ ਫਾਦਰ ਸਰਵਰ ਰਾਮ ਐਂ ਮੇਰੇ ਚਾਚੇ ਪ੍ਰਕਾਸ਼ ਨਾਮ ਦਾ ਨਾ ਟਿਕ ਮਾਰ ਕੀਤੀ ਪਈ ਹੈ ਬਕਾਇਦਾ ਵਿੱਚ ਅਸੀਂ 8 ਦਿਨ ਪੁਰਾਣੀ ਫਰਜ਼ ਲੈ ਕੇ ਆਏ ਹਾਂ ਜੇ 8 ਦਿਨ ਪੁਰਾਣੀ ਸਾਨੂੰ ਕਿੱਦਾਂ ਫਰਜ਼ ਮਿਲ ਸਕਦੀ ਜੇ ਕਿਸੇ ਨਾਮ ਦੀ ਜਾਂ ਕੈਂਸਲ ਕੀਤੀ ਹੁੰਦੀ ਸਾਨੂੰ ਫਰਜ਼ ਨਹੀਂ ਮਿਲ ਸਕਦੀ ਸੀ ਹੋਰ ਬੰਦਾ ਕ੍ਰਿਮੀਨਲ ਬੰਦਾ ਹੈ ਇਹਦੇ ਵਿੱਚ ਇਹਦੇ ਕੇਸ ਕਈ ਫੁਗਾੜੇ ਵੀ ਚੱਲਦੇ ਸ਼ਾਇਦ ਇੱਥੇ ਵੀ ਕੋਈ ਚੱਲਦੇ ਕੇਸ ਚੱਲਦੇ ਇਹਦੇ ਵਾਲੇ ਅਸੀਂ ਸਰ ਕਿੱਦਾਂ ਦੇ ਕੇਸ ਚੱਲ ਰਹੇ ਪਏ ਕਿਸ ਚੀਜ਼ ਨੂੰ ਲੈ ਕੇ ਕਬਜ਼ੇ ਦੇ ਚੱਲਦੇ ਆ ਲੁੱਟਖੋਹਾਂ ਦੇ ਚੱਲਦੇ ਆ ਠੀਕ ਹੈ ਜੀ ਹਾਂਜੀ ਤੇ ਸਰ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਜਿਹੜਾ ਕਸੂਰਵਾਰ ਆ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡਾ ਕਹਿਣਾ ਕਿ ਜਾਂਚ ਕਰਾਈ ਜਾਵੇ ਜਾਂਚ ਕਰਾਈ ਜਾਵੇ ਇਸ ਕੇਸ ਦੀ ਤੇ ਜਾਂਚ ਤੋਂ ਬਾਅਦ ਜੋ ਵੀ ਕਸੂਰਵਾਰ ਹੋਏਗਾ ਕਸੂਰਵਾਰ ਹੋਊਗਾ ਉਸ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਰ ਪੁਲਿਸ ਪ੍ਰਸ਼ਾਸਨ ਤੋਂ ਸਰਟੀਫਾਈ ਹੈਗੇ ਤੁਸੀਂ ਬਿਲਕੁਲ ਸਰਟੀਫਾਈ ਹੈਗੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਜਗਿੰਦਰ ਸਿੰਘ ਖਾਲਸਾ ਤੇ ਸਰ ਇਹ ਕੀ ਮਸਲਾ ਕੋਈ ਮਸਲਾ ਨਹੀਂਗਾ ਮੈਂ ਭਰਤੀ ਪਾਈ ਆ ਤੇ ਸਰ ਇਹ ਜਿਹੜੀ ਜ਼ਮੀਨ ਹੈਗੀ ਹੈ ਇਹਨਾਂ ਦੀ ਹੈਗੀ ਆ ਇਹ ਇਹਨਾਂ ਦੀ ਆ ਕੇਵਲ ਉਹਨਾਂ ਦੀ ਹੱਦਵੇ ਦੀ ਆਪਣੇ ਦੀ ਚਾਚੇ ਸਰਵਨ ਦੀ ਉਹਦੇ ਮੂਏ ਤੇ ਪ੍ਰਕਾਸ਼ ਦੀ ਤੇ ਬੂਟਾ ਨਾਮ ਆਪਣਾ ਹੱਕ ਕਿੱਦਾਂ ਜਤਾਰਿਆ ਕੀ ਮੇਰੇ ਉਹ ਐਵੇਂ ਹੀ ਕਹੀ ਜਾਂਦਾ ਇਹਨਾਂ ਦੇ ਨਾਮ ਬੋਲਦੀ ਫਰਦਾ ਨਾਮ ਬੋਲਦੀਆਂ ਹੈ ਜੀ ਮਗਰਲੇ ਬਾਲੀ ਵਾਰ ਤੇ ਕੇਵਲ ਤੇ ਪੁੱਤੇ ਹੀ ਬਣਨੇ ਆ ਹਾਂਜੀ ਬੂਟਾ ਰਾਮ ਜੀ ਕਹਿੰਦੇ ਪਏ 15 ਸਾਲ ਤੋਂ ਰਹਿ ਰਹੇ ਹੋ ਕੋਈ 15 ਸਾਲ ਤੋਂ ਨਹੀਂ ਰਹਿੰਦੇ ਤੇ 15 ਇਹ 40 ਸਾਲ ਹੋ ਗਏ ਪਿੰਡ 'ਚ ਬੜੇ ਨਹੀਂ ਉਹਨਾਂ ਦਾ ਕਹਿਣਾ ਹੈ ਕਿਉਂ ਨਹੀਂ ਬੜੇ ਆਉਂਦੇ ਆ ਗੇੜਾ ਮਾਰ ਜਾਂਦੇ ਆਉਂਦੇ ਆ ਗੇੜਾ ਮਾਰ ਜਾਂਦੇ ਆ ਤੇ ਕੌਣ ਦੇਖਦੇ ਸੀ ਤੇ ਜਿਹੜਾ ਪਲਾਟ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਜਗ੍ਹਾ ਹੈਗੀ ਹੈ ਉਹ ਮੈਂ ਦੇਖਦਾ ਜੀ ਤੁਸੀਂ ਦੇਖਦੇ ਤੇ ਬੂਟਾ ਰਾਮ ਨੂੰ ਉਹ ਕਿਹਨੇ ਦਿੱਤੀ ਉੱਥੇ ਜਗ੍ਹਾ ਕਿਸੇ ਨੇ ਵੀ ਨਹੀਂ ਦਿੱਤੀ ਜਗ੍ਹਾ ਉੱਥੇ ਰਹਿਣ ਨੂੰ ਕਿਸੇ ਨੇ ਵੀ ਨਹੀਂ ਦਿੱਤੀ ਉਹ ਧੱਕੇ ਨਾਲ ਗਈ ਆ ਤੇ ਆਪਣੀ ਮਰਜ਼ੀ ਨਾਲ ਮਤਲਬ ਜਾਨ ਮਤਲਬ ਰਾਤ ਨੂੰ ਬੰਦੇ ਲਿਆ ਕੇ 50-60 ਮਤਲਬ ਕਬਜ਼ਾ ਕੀਤਾ ਉਹਨੇ ਜਾ ਕੇ ਕਬਜ਼ਾ ਕੀਤਾ ਉਹਨੇ ਆਪਣਾ ਹੈ ਜੀ ਠੀਕ ਹੈ ਤੇ ਸਾਦਾ ਦੇਖਿਆ ਜਾਨ ਤੁਸੀਂ ਕਿੱਥੇ ਸੀਗੇ ਜਦੋਂ ਕਬਜ਼ਾ ਕੀਤਾ ਉਹਨੇ ਤੁਸੀਂ ਇਸ ਵੇਲੇ ਅਸੀਂ ਤਾਂ ਘਰੇ ਹੀ ਸੀ ਮੈਂ ਤਾਂ ਘਰੇ ਹੀ ਪਤਾ ਲੱਗਿਆ ਸੀਗਾ ਕਿ ਇਹਨੇ ਇਦਾਂ ਕੀਤਾ ਮੈਂ ਤੁਹਾਨੂੰ ਕੀਤਾ ਅੱਛਾ ਜੀ ਮੇਰੇ ਇਹ ਗਵਾਂ ਰਹਿੰਦੇ ਆ ਇਹਨਾਂ ਨੂੰ ਮੈਂ ਬਾਲੀ ਬਾਸ ਗਿਆ ਵੀ ਤੁਸੀਂ ਪਾਣੀ ਪੂਣੀ ਰੱਖੀ ਰੁਕੀ ਕਰੋ ਸਬਜ਼ੀ ਲਾਈ ਆ ਇਧਰ ਬੂਟੇ ਜੇ ਲਾਏ ਸੀ ਫਲਾਂ ਬੂਟਾਂ ਵਾਲੇ ਅੱਛਾ ਇਹਨੇ ਮੈਨੂੰ 11:30 ਵਜੇ ਟੈਲੀਫੋਨ ਕੀਤਾ ਵੀ ਇੱਥੇ ਤਾਂ ਖਾਲਸਾ ਆਪਣੀ ਕਾਨੂੰਨੀ ਦੇ ਤੁਹਾਡੀ ਦੇ ਕਬਜ਼ਾ ਕਰ ਲਿਆ ਇੱਥੇ ਤਾਂ ਬੰਦੇ ਆ ਬਾਕੀ ਮੇਰੇ ਕੋਲ 90-50-60 ਆ ਫਿਰ ਮੈਂ 100 ਨੰਬਰ 'ਤੇ ਟੈਲੀਫੋਨ ਕੀਤਾ ਹੈ ਜੀ 100 ਨੰਬਰ ਤੋਂ ਟੈਲੀਫੋਨ ਕੀਤਾ ਤਾਂ 100 ਨੰਬਰ ਤੋਂ ਇਹ ਆਏ ਨਹੀਂ ਫਿਰ ਮੈਨੂੰ ਟੈਲੀਫੋਨ ਕੀਤਾ 100 ਨੰਬਰ ਤੋਂ ਫਿਰ ਮੈਂ ਕੀਤਾ ਉਹਨੇ ਉਹਨੇ ਮੈਨੂੰ ਫਿਰ ਕੀਤਾ ਤੁਹਾਡੇ ਕੋਲ ਪਹੁੰਚੇ ਨਹੀਂ 1 ਵਜੇ ਪੁਲਿਸ ਆਈ ਆ ਰਾਤ ਨੂੰ 1 ਵਜੇ 1 ਵਜੇ ਰਾਤ ਨੂੰ ਰਾਤ ਦੇ 1 ਵਜੇ ਨਹੀਂ ਮੈਨੂੰ ਟੈਲੀਫੋਨ ਕੀਤਾ ਅਤੇ 11:30 ਹੈ ਜੀ ਫਿਰ ਜਦੋਂ ਆਇਆ ਉੱਥੇ ਲੱਕੜਾਂ ਲੁੱਕੜਾਂ ਪਈਆਂ ਬਲਬ ਪਿਆ ਸਭ ਕੁਛ ਅਤੇ ਜਦੋਂ ਅਸੀਂ ਰਾਤ ਨੂੰ ਆਏ ਹਾਂ ਇਹ 2-4 ਬੰਦੇ ਸੀਗੇ ਉੱਥੇ ਨੂੰ ਪਰੇ ਨੂੰ ਦੌੜ ਗਏ ਪਰੋਲਿਆਂ ਨੂੰ ਇਹ ਗਾਹ ਲੰਘ ਗਈ ਪੁਲਿਸ ਅਤੇ ਉਹ ਜਦੋਂ ਅਸੀਂ ਸਵੇਰੇ ਆਇਆ ਕਈ ਕੁਛ ਪਿਆ ਸੀ ਫਿਰ ਮੈਂ ਲਗਾ ਦਿੱਤੀ ਥਾਣੇ 3-4 ਦਿਨ ਥਾਣੇ ਆਉਂਦੇ ਰਹੇ ਹਾਂ
ਤੇ ਆਇਆ ਨਹੀਂ, ਪੇਸ਼ ਨਹੀਂ ਹੋਇਆ। ਜਦੋਂ ਆਇਆ ਫਿਰ ਉਦੋਂ ਆਇਆ ਉਦੋਂ ਫਿਰ ਸਾਡਾ ਰਾਜੀਨਾਮਾ ਹੋ ਗਿਆ, ਥਾਣੇ ਵਿੱਚ ਬੈਠ ਕੇ ਰਾਜੀਨਾਮਾ ਹੋ ਗਿਆ। ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਬੰਦੇ ਘਾਟੇ ਨਹੀਂ ਬੋਲਿਆ, ਹੈ ਜੀ, ਸਹਿਣ ਕਰਕੇ ਆ ਬਸ। ਮਗਰੋਂ ਸਾਡੇ 'ਤੇ ਹੁਣ ਆ ਕਰੀ ਜਾਂਦਾ ਅਖਬਾਰਾਂ 'ਚ। ਸਾਨੂੰ ਕਹਿੰਦਾ ਇਹ ਪੁਲਿਸ ਨੂੰ, ਪੁਲਿਸ ਨੂੰ ਕਹਿੰਦਾ ਮੈਂ ਕਾਲਾ ਨੂੰ ਚੱਕ ਲਊਂਗਾ ਆਪਣਾ ਸਾਰੇ। ਸਰਕਾਰੀ ਜ਼ਮੀਨ ਆ, ਪਲਾਟ ਆ, ਇਹ ਤੁਸੀਂ ਵੇਚ ਰਹੇ ਹੋ ਅੱਗੇ ਕਿਸੇ ਪਾਰਟੀ ਨੂੰ? ਕਿਸੇ ਨੂੰ ਨਹੀਂ ਵੇਚਿਆ ਜੀ, ਸਬੂਤ ਕਰ ਦੇਣ। ਠੀਕ ਆ। ਤੇ ਸਰ ਦੂਸਰਾ ਇੱਕ ਹੋਰ ਉਹਨਾਂ ਨੇ ਆਰੋਪ ਲਗਾਇਆ ਕਿ ਜਿਹੜੀ ਜਗ੍ਹਾ ਹੈਗੀ ਹੈ ਇਹਨਾਂ ਦੀ ਆ ਸਰ ਦੀ, ਲੇਕਿਨ ਦਰਖਾਸਤ ਤੁਸੀਂ ਦਿੱਤੀ ਆ। ਮੈਂ ਬਾਲੀ ਭਾਰ ਜੋ ਮੈਨੂੰ ਬਣਾਇਆ ਮੌਜੂਦਾ, ਤੁਹਾਨੂੰ ਕੋਈ ਪਾਵਰ ਆਫ ਅਟੋਰਨੀ ਵਗੈਰਾ ਕੋਈ ਦਿੱਤੀ ਨਹੀਂ? ਮੈਨੂੰ ਉਹਦੇ ਸਾਡੇ ਦੀ ਬਣਾਇਆ, ਮਤਲਬ ਠੀਕ ਹੈ, ਅਟੋਰਨੀ ਕੋਈ ਨਹੀਂ, ਮਿਊਚੁਅਲ ਅੰਡਰਸਟੈਂਡਿੰਗ ਨਾਲ ਬਣਾਇਆ। ਹਾਂਜੀ। ਤੇ ਐਕਚੁਅਲ ਜਗ੍ਹਾ ਕਿਹਨਾਂ ਦੀ? ਇਹਨਾਂ ਦੀ ਆ ਨਾ, ਇਹਨਾਂ ਦੀ ਆ ਜਗ੍ਹਾ। ਠੀਕ। ਹਾਂਜੀ ਹਾਂਜੀ, ਇੰਤਕਾਲ ਨਾ ਆਇਆ ਫਰਦਾਂ ਦੇ ਅਨੁਮਤ ਖਾਲ ਦਿੰਦਾ, ਦੇਖ ਲਓ ਤੁਸੀਂ ਫਰਦ। ਫਿਰ ਇੱਥੇ ਕੀਤੀ ਸੁਨਿਆਰਿਆਂ ਦੇ ਰਾਬਰ ਆਦੂਏ ਚੋਂ ਸ਼ੇਰ, ਉਹ ਵੀ ਫਸਿਆ ਇਹਦੇ 'ਚ। ਇੱਕ ਸ਼ਰਾਬ ਦਾ ਕੇਸ, ਇਹਦੇ ਸ਼ਰਾਬ ਪੀਣਾ ਤੋਂ ਟਰੱਕ ਫੜ ਹੋਇਆ ਸੀ ਇਹਨਾਂ ਕੋਲੋਂ, ਦੋਨਾਂ ਬੂਟਿਆਂ ਕੋਲ। ਕਿਹੜਾ ਸਰਦਾਰ ਨਹੀਂ ਕੋਈ ਦਿੰਦਾ ਚੰਡੀਗੜ੍ਹ ਦੀ ਸ਼ਰਾਬ? ਸਾਡੇ ਕੋਲ ਫਾਈਲ ਪਈ ਆ ਉਹਦੀ, ਸਾਨੂੰ ਦਿਖਾ ਸਕਦੇ ਹਾਂ, ਜਦੋਂ ਮਰਜ਼ੀ ਦਿਖਾ ਸਕਦੇ ਹਾਂ। ਮੈਂ ਮੇਰੇ ਕੋਲ ਪਈ ਫਾਈਲ ਇਹਨਾਂ ਦੀ, ਉਹ ਕਹੋ ਤਾਂ ਉਹ ਵੀ ਤੁਹਾਨੂੰ ਸਬੂਤ ਲਿਆ ਦਾਂਗੇ ਲੜਾਈਆਂ ਦੇ ਇਹਨਾਂ ਦੇ। ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਉਦੋਂ 20-25 ਬੰਦੇ ਲੈ ਕੇ ਇਹ ਰਾਤ ਨੂੰ ਆਇਆ 11:30 ਵਜੇ। ਫਿਰ ਮੈਂ ਇਹਨੂੰ 11:40 'ਤੇ ਫੋਨ ਕੀਤਾ, ਤਾਂ ਉਸ ਤੋਂ ਬਾਅਦ ਇਹ ਫੋਨ ਕੀਤਾ ਅਤੇ ਹਾਂਜੀ ਹਾਂਜੀ ਮੇਰਾ ਸਗਾ ਭਤੀਜਾ, ਸਗਾ ਭਤੀਜਾ ਜੀ। ਠੀਕ ਹੈ। ਸਗਾ ਭਤੀਜਾ ਜੀ, ਇਹ ਸਬਜ਼ੀ ਕਹਿੰਦਾ ਸਬਜ਼ੀ ਲਾ ਲਾ ਅਤੇ ਪਾਣੀ ਪਾ ਲਿਆ ਕਰੀ। ਮੈਂ ਕਿਹਾ ਮੈਂ ਰੋਜ਼ ਗੇਟ ਖੋਲ੍ਹ ਕੇ ਉੱਧਰ ਹੀ ਜਾਂਦਾ, ਮੈਂ ਪਾ ਲਿਆ ਕਹਿੰਦਾ ਇੱਥੋਂ ਥੋੜ੍ਹਾ ਜਿਹਾ ਰਸਤਾ ਡਾਲ ਲਾ। ਮੈਂ ਉੱਥੇ ਰਸਤਾ ਕੱਢ ਕੇ ਪਾਣੀ ਪਾਉਣ ਲੱਗ ਪਿਆ ਉਹਨਾਂ ਨੂੰ, ਬਸ ਇਸ ਤੋਂ ਇਲਾਵਾ ਗੱਡੀ 'ਤੇ ਕੋਈ ਲੜਾਈ ਨਹੀਂ ਚੱਲ ਰਹੀ ਆਪਾਂ? ਨਾ ਨਾ, ਸਾਡਾ ਕਿਸੇ ਨੂੰ ਲੈ ਕੇ? ਨਾ ਨਾ, ਸਾਡਾ ਕੋਈ ਲੈਣ ਦੇਣ ਨਹੀਂ, ਬੜੇ ਸੋਹਣੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਗੱਲਬਾਤ ਨਹੀਂ। ਠੀਕ ਹੈ। ਹਾਂਜੀ, ਹੁਣ ਤੁਸੀਂ ਕੀ ਚਾਹੁੰਦੇ ਹੋ? ਹੁਣ ਇਹ ਚਾਹੁੰਦੇ ਵੀ ਜਿਹਨਾਂ ਦੀ ਜ਼ਮੀਨ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਜਿਹਨਾਂ ਦੇ ਨਾਂ ਆ ਉਹਨਾਂ ਨੂੰ ਮਿਲਣੀ ਚਾਹੀਦੀ। ਹੁਣ ਇਸ ਵੇਲੇ ਉੱਥੇ ਕੀ ਪੋਜੀਸ਼ਨ ਹੈ, ਇੱਥੇ ਕੀ ਚੱਲ ਰਿਹਾ ਉੱਥੇ? ਉੱਥੇ ਜੀ ਬੂਟੇ ਨੇ ਪਸ਼ੂ ਪਸ਼ੂ ਬੰਨੇ ਆ, ਸਿੱਟੇ ਆ ਉਦਾਂ ਦੇ ਰਾਤ ਦੇ। ਹਾਂਜੀ ਹਾਂਜੀ, ਫਿਰ ਰਾਜੀਨਾਮਾ ਹੋ ਗਿਆ, ਕਹਿੰਦਾ ਮੈਂ ਰਾਤ ਨੂੰ ਚੱਕ ਲੂੰਗਾ, ਰਾਤ ਤੱਕ ਚੱਕ ਲੂੰਗਾ, ਹੁਣ ਚੱਕਿਆ ਨਹੀਂ ਮੁੜ ਕੇ। ਇਹਨੇ ਦਰਖਾਸਤ ਦਿੱਤੀ, ਫਿਰ ਦਰਖਾਸਤ ਦਿੱਤੀ ਆ, ਉਹ ਨਹੀਂ ਹਜੇ ਤੱਕ ਕੋਈ ਗੱਲ। ਸਰ ਜਿੱਦਾਂ ਬੂਟਾ ਰਾਮ ਦਾ ਕਹਿਣਾ ਕਿ ਉਹ 15 ਸਾਲ ਤੋਂ ਉੱਥੇ ਰਹਿ ਰਿਹਾ, ਕਿ 15 ਸਾਲ ਤੋਂ ਉਹ ਪਸ਼ੂ ਉੱਥੇ ਬਣ ਰਿਹਾ, ਉਹ ਸਹੀ ਕਹਿ ਰਿਹਾ? 15 ਸਾਲ ਤੋਂ ਕੋਈ ਨਹੀਂ ਰਹਿ ਰਿਹਾ ਜੀ ਉੱਥੇ। ਇਹਨਾਂ ਨੇ ਉਹਨੂੰ ਦਿੱਤਾ ਸੀ, ਉਹਦੇ ਕੋਲ ਹੈ ਨਾ ਸੀ ਜਗ੍ਹਾ ਰਾਤ ਨੂੰ ਸਿਆਲ ਨੂੰ, ਵੀ ਚੱਲ ਇੱਥੇ ਪਸ਼ੂ ਬਣ ਲਾ ਮੁੜ ਕੇ ਕੋਈ 15 ਮਿੰਟ। ਇਨਸਾਨੀਅਤ ਦੇ ਨਾਤੇ ਉੱਦਾਂ ਦਿੱਤਾ ਸੀਗਾ ਉਹਦਾ, ਵੀ ਚੱਲ ਪਸ਼ੂ ਬਣ ਲਾ ਸਿਆਲ ਆ, ਉਹ ਕਹਿੰਦਾ ਮੈਨੂੰ ਦੇ ਦਿਓ। ਇਹਨਾਂ ਨਾਲ ਬੋਲ ਚਾਲ ਸੀ ਜੀ ਬਹੁਤ ਵਾਲੀ। ਠੀਕ ਆ। ਹਾਂਜੀ ਹਾਂਜੀ, ਹੋਰ ਉਹਦਾ ਕੋਈ ਨਹੀਂ ਉੱਥੇ ਵਿੱਚ ਰੋਲ, ਨਾ 15 ਸਾਲ ਦਾ ਸੂਲ ਦਾ, ਕੋਈ ਗੱਲ ਨਹੀਂ। ਤੇ ਸਰ ਜਿਹੜਾ ਇਹ ਕਹਿੰਦੇ ਵੀ ਨਜਾਇਜ਼ ਕਬਜ਼ਾ ਕੀਤਾ ਰਾਤ ਨੂੰ, ਉਹ ਸਹੀ ਗੱਲ ਆ? ਬਿਲਕੁਲ ਸਹੀ ਗੱਲ ਹੈ ਜੀ, ਮੈਂ ਉੱਥੇ ਸੀਗਾ ਜੀ, ਮੇਰਾ ਪਹਿਲਾਂ ਬੂਹਾ ਬੰਦ ਕੀਤਾ, ਉਹ ਵਿੱਚ ਡੰਡੇ ਮਾਰੇ ਤਾਂ ਮੈਨੂੰ ਜਾਗ ਆਈ, ਜਾਗ ਆਈ ਤਾਂ ਦੇਖ ਲਾ ਮੈਂ ਉੱਠਿਆ ਤੇ ਤੁਹਾਨੂੰ ਪਤਾ ਸੁੱਤਾ ਪਿਆ ਬੰਦਾ ਘਬਰਾ ਜਾਂਦਾ ਪਹਿਲਾਂ। ਫਿਰ ਦੇਖ ਲਾ ਮੈਂ ਦੇਖਿਆ ਸਾਡਾ ਬੂਹਾ ਬਾਰੋਂ ਲਾ ਕੇ ਅੰਦਰ ਨਹੀਂ, ਉੱਧਰ ਜਿੰਦਾ ਤੋੜ ਕੇ ਅੰਦਰ ਆ ਵਾਲੇ 15-20-25 ਬੰਦੇ ਸੀਗੇ। ਕਿੰਨੇ ਵਜੇ ਦੀ ਗੱਲ ਆ ਸਰ? ਇਹ 11:30 ਵਜੇ ਮੈਨੂੰ ਜੀ ਜਾਗ ਆਈ ਆ, 11:30 ਵਜੇ ਜਾਗ ਆਈ ਆ ਇਹਨੂੰ, 11:40 'ਤੇ ਮੈਂ ਫੋਨ ਕੀਤਾ, ਉਸ ਤੋਂ ਬਾਅਦ ਪੁਲਿਸ ਆਈ ਆ ਉਹ 1 ਵਜੇ। ਠੀਕ ਆ। ਕਿੰਨੀ ਤਰੀਕ ਦੀ ਗੱਲ ਆ? ਤਰੀਕ ਤਾਂ ਜੀ ਆ ਦੇਖ ਲਓ, ਸ਼ਨੀਵਾਰ ਰਾਤ ਦੀ ਗੱਲ ਹੈ ਜੀ, ਸ਼ਨੀਵਾਰ ਰਾਤ ਨੂੰ 11:30। ਠੀਕ ਆ। ਹੁਣ ਕੀ ਮੰਗ ਕਰਦੇ ਹੋ ਸਰਕਾਰ? ਹੁਣ ਅਸੀਂ ਇਹ ਮੰਗ ਕਰਦੇ ਵੀ ਜਿਹਨਾਂ ਦੀ ਨਾਂ ਕਲੋਨੀ ਬੋਲਦੀ ਆ ਉਹਨਾਂ ਨੂੰ ਦਿੱਤੀ ਜਾਵੇ, ਸਰਕਾਰ ਸਰ ਮਿਹਰਬਾਨ ਹੋਵੇ ਉਹਨਾਂ ਦੀ। ਕਿੰਨੇ ਨਾਮ 'ਤੇ ਬੋਲਦੀ ਸਰ? ਇਹ ਇਸ ਵੇਲੇ ਜੀ ਕੇਵਲ ਰਾਮ ਅਤੇ ਪ੍ਰਕਾਸ਼ ਚੰਦ ਪ੍ਰੇਮਦਾਸ ਪ੍ਰੇਮਦਾਸ ਠੀਕ ਹੈ, ਇਹਨਾਂ ਨੂੰ ਮਿਲਣੀ ਦਿੱਤੀ ਜਾਵੇ ਕਲੋਨੀ। ਠੀਕ।